ਦੋਸਤੋ ਸਤਿ ਸ਼੍ਰੀ ਅਕਾਲ ਅਤੇ ਅੱਜ ਆਪਣੇ ਕੋਲ ਆਈ ਆ ਵਰਨਾ ਹੰਡਾਈ ਅਤੇ ਇਹ 'ਚ ਚੈੱਕ ਇੰਜਨ ਦੀ ਲਾਈਟ ਆਉਂਦੀ ਆ ਅਤੇ ਦੂਸਰੀ ਪ੍ਰੋਬਲਮ ਇਹ ਆ ਕਿ ਜੇ ਬੰਦ ਹੋ ਜੇ ਚਲੀ ਜਾਂਦੀ ਤਾਂ ਮੁੜ ਕੇ ਸਟਾਰਟ ਨਹੀਂ ਹੁੰਦੀ ਆਪਣੀ ਮਰਜ਼ੀ ਕਰਦੀ ਆ ਸਟਾਰਟ ਹੋ ਜੇ ਤਾਂ ਹੋ ਜੇ ਨਹੀਂ ਹੋਵੇ ਤਾਂ ਨਾ ਹੋਵੇ ਕੱਲ੍ਹ ਇਹ ਆਈ ਆ ਟੋਚਨ ਕਰਕੇ ਅਤੇ ਅੱਜ ਦੇਖਣ ਲੱਗਿਆ ਰਾਤੀ ਆਈ ਸੀ ਅਤੇ ਅੱਜ ਇਹਨੂੰ ਦੇਖਣ ਲੱਗਿਆ ਉਰੇ ਆ ਕੇ ਸਟਾਰਟ ਹੋ ਗਈ ਰਾਤ ਹੋਈ ਨਹੀਂ ਸਟਾਰਟ ਅਤੇ ਜਾਂ ਸਵੇਰੇ ਹੁਣ ਬਾਹਰੇ ਕੱਢੀ ਆ ਅਤੇ ਸਟਾਰਟ ਹੋ ਗਈ ਵਰਕਸ਼ਾਪ 'ਚੋਂ ਅਤੇ ਹੁਣ ਚੈੱਕ ਕਰਦੇ ਹਾਂ ਸਭ ਤੋਂ ਪਹਿਲਾਂ ਸਕੈਨ ਕਰਾਂਗੇ ਇਹਨੂੰ ਅਤੇ ਕੀ ਦਿੱਕਤ ਆ ਰਹੀ ਹੈ ਇਹ 'ਚ ਫਿਰ ਦੇਖਦੇ ਹਾਂ ਜੀ ਕਰਦੇ ਹਾਂ ਸਕੈਨ ਜੀ ਲਓ ਜੀ ਆਪਾਂ ਨੇ ਦੋਸਤੋ ਟਾਪਾ ਖੋਲ ਰਿਹਾ ਆ ਰਿਹਾ ਇਹਦਾ ਫਿਊਲ ਪ੍ਰੈਸ਼ਰ ਰੈਗੂਲੇਟਰ ਇਹਨੂੰ ਖੋਲ੍ਹ ਕੇ ਚੈੱਕ ਕਰਾਂਗੇ ਜਾਂ ਤਾਂ ਇਹਨੇ ਡੀਜ਼ਲ ਮਾੜਾ ਪਾਇਆ ਹੋਊਗਾ ਜਿਹਦੇ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਆ ਵਿੱਚ ਇਹਦੇ ਕਚਰੇ ਵੀ ਹੋ ਸਕਦੇ ਨੇ ਸਭ ਤੋਂ ਪਹਿਲਾਂ ਇਹਨੂੰ ਖੋਲ੍ਹਦੇ ਹਾਂ ਗਰਿੱਪ ਕੱਢ ਲਿਆ ਅਤੇ 17 ਅਤੇ 14 ਦੀ ਚਾਬੀ ਲਿਆ ਕੇ ਆ ਖੋਲ੍ਹਾਂਗੇ ਉੱਪਰੋਂ ਅਤੇ ਉਸ ਤੋਂ ਬਾਅਦ 30-32 ਦੀ ਚਾਬੀ ਨਾਲ ਇਹ ਖੁੱਲੂਗਾ ਦੋਸਤੋ ਖੋਲ੍ਹਦੇ ਹਾਂ ਖੋਲ੍ਹ ਕੇ ਚੈੱਕ ਕਰਦੇ ਹਾਂ ਹਾਂਜੀ ਦੋਸਤ ਲਓ ਜੀ ਇਹਦਾ ਰੈਗੂਲੇਟਰ ਖਰਾਬ ਸੀ ਆਹ ਵਾਲਾ ਹੁਣ ਆਪਣੇ ਵਾਲਾ ਲਾਇਆ ਅਤੇ ਸਟਾਰਟ ਆ ਪਹਿਲਾਂ ਸਾਫ਼ ਕਰਕੇ ਲਾ ਕੇ ਦੇਖਿਆ ਸੀ ਸਟਾਰਟ ਨਹੀਂ ਹੋਈ ਅਤੇ ਹੁਣ ਉਹ ਨਿਚਲਾ ਵੀ ਖੋਲ੍ਹਿਆ ਸੀ ਉਹ ਆਹ ਪਿਆ ਇਹ ਵੀ ਸਾਫ਼ ਕਰਕੇ ਲਾਇਆ ਅਤੇ ਆਹ ਚੇਂਜ ਕਰਕੇ ਲਾਉਣਾ ਪਿਆ ਜਿਹਦੀ ਦਿੱਕਤ ਆ ਰਹੀ ਸੀ ਫਿਊਲ ਪ੍ਰੈਸ਼ਰ ਰੈਗੂਲੇਟਰ ਫਿਊਲ ਪ੍ਰੈਸ਼ਰ ਰੈਗੂਲੇਟਰ ਦਾ ਕੋਡ ਆ ਰਿਹਾ ਸੀ P0091 ਆ ਚੇਂਜ ਕੀਤਾ ਜੀ ਹੁਣ ਆਪਾਂ ਨੇ ਇਹਦੇ ਨਾਲ ਸਟਾਰਟ ਆ ਹੁਣ ਆਪਾਂ ਇਹ ਪੁਰਾਣਾ ਅਤੇ ਹੁਣ ਇਹ 'ਚ ਨਵਾਂ ਫਿੱਟ ਕਰਾਂਗੇ ਪਹਿਲਾਂ ਪੁਰਾਣੇ ਨਾਲ ਚਲਾ ਕੇ ਟਰਾਈ ਵਗੈਰਾ ਲਈ ਆ ਓਕੇ ਆ ਅਤੇ ਹੁਣ ਇਹਨੂੰ ਨਵਾਂ ਲਾਵਾਂਗੇ ਅਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਚੰਗੀ ਲੱਗਦੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਨਵੇਂ ਨਵੇਂ ਅਸੀਂ ਵੀਡੀਓ ਬਣਾਉਂਦੇ ਰਹੀਏ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ